ਲਓ ਜੀ, ਸੁਖਬੀਰ ਬਾਦਲ ਨੂੰ ਸਜ਼ਾ ਦੇਣ ਦੇ ਲਈ ਮੀਟਿੰਗ ਸੱਦ ਲਈ ਗਈ ਹੈ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੱਲੋਂ। ਹੁਣ ਸੁਖਬੀਰ ਬਾਦਲ ਦੀ ਸਜ਼ਾ ਦਾ ਐਲਾਨ ਕੀਤਾ ਜਾਏਗਾ। ਔਰ ਨਾਲ ਦੀ ਨਾਲ ਇੱਕ ਬਹੁਤ ਵੱਡੀ ਗੱਲ ਇਹ ਹੋਈ ਹੈ ਕਿ ਉਸ ਟਾਈਮ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਅਤੇ ਦੂਜੇ ਤਖ਼ਤਾਂ ਦੇ ਜਥੇਦਾਰ ਸੀਗੇ ਉਹਨਾਂ ਤੋਂ ਵੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਸਾਹਿਬਾਨ ਨੇ ਸਪਸ਼ਟੀਕਰਨ ਮੰਗ ਲਿਆ, ਕਿਉਂਕਿ ਉਸ ਟਾਈਮ ਜਦੋਂ ਜਿਹੜੇ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਹੈ ਉਹਨੂੰ ਅਕਾਲ ਤਖ਼ਤ ਵੱਲੋਂ ਮਾਫ਼ੀ ਦੇ ਦਿੱਤੀ ਗਈ ਸੀ, ਮੁਆਫ਼ੀਨਾਮਾ ਦਿੱਤਾ ਗਿਆ ਸੀ, ਤਾਂ ਉਸ ਵਕਤ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਔਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਸੀ ਔਰ ਪਟਨਾ ਸਾਹਿਬ ਦੇ ਜਥੇਦਾਰ ਜਿਹੜੇ ਹੈ ਉਹ ਗਿਆਨੀ ਇਕਬਾਲ ਸਿੰਘ ਸੀ। ਤਿੰਨਾਂ ਨੂੰ ਹੀ ਨੋਟਿਸ ਕੱਢ ਦਿੱਤਾ ਗਿਆ, ਤਿੰਨਾਂ ਤੋਂ ਹੀ ਸਪਸ਼ਟੀਕਰਨ ਮੰਗ ਲਿਆ ਗਿਆ। ਇਹ ਬਹੁਤ ਵੱਡੇ ਪੱਧਰ 'ਤੇ ਗੱਲ ਉੱਠ ਰਹੀ ਸੀ ਕਿ ਜੇਕਰ ਸੁਖਬੀਰ ਬਾਦਲ ਹੋਰੀ ਜ਼ਿੰਮੇਵਾਰ ਨੇ, ਦੋਸ਼ੀ ਨੇ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਇੰਜ ਕਰਵਾਇਆ, ਤਾਂ ਫਿਰ ਜਿਹੜੇ ਉਸ ਟਾਈਮ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਸੀ ਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਸੀ ਉਹ ਕਿਵੇਂ ਦੋਸ਼ੀ ਨਹੀਂ, ਉਹਨਾਂ ਨੇ ਆਖੇ ਲੱਗ ਕੇ ਇੰਜ ਕੀਤਾ ਕਿਉਂ ਕਿ ਉਹਨਾਂ ਨੇ ਇੰਨੀਆਂ ਉੱਚੀਆਂ ਸੰਸਥਾਵਾਂ ਦੀ ਮਰਿਆਦਾ ਨੂੰ ਨੀਵਾਂ ਨਹੀਂ ਕੀਤਾ? ਇਹ ਸਵਾਲ ਬਹੁਤ ਲੋਕ ਉਠਾ ਰਹੇ ਸੀ। ਔਰ ਅੱਜ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਹੋਰਾਂ ਵੱਲੋਂ ਉਸ ਟਾਈਮ ਦੇ ਜਿਹੜੇ ਤਿੰਨ ਤਖ਼ਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਸੱਦ ਲਿਆ, ਸਪਸ਼ਟੀਕਰਨ ਮੰਗ ਲਿਆ। ਔਰ ਸੁਖਬੀਰ ਬਾਦਲ ਦੀ ਸਜ਼ਾ ਦੇ ਉੱਪਰ 2 ਤਰੀਕ ਨੂੰ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਆ, 2 ਦਸੰਬਰ ਨੂੰ ਮੀਟਿੰਗ ਹੋਏਗੀ 5 ਸਿੰਘ ਸਾਹਿਬਾਨਾਂ ਦੀ ਔਰ ਉਹਦੇ ਵਿੱਚ ਫਿਰ ਸੁਖਬੀਰ ਬਾਦਲ ਦੀ ਸਜ਼ਾ ਦਾ ਫੈਸਲਾ ਕੀਤਾ ਜਾਏਗਾ। ਹੁਣ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਨੂੰ ਕਿੱਦਾਂ ਦੀ ਸਜ਼ਾ ਚਾਹੀਦੀ ਹੈ? ਬਹੁਤ ਸਾਰੀ ਜਿਹੜੀ ਸਿੱਖ ਸੰਗਤ ਹੈ ਉਹ ਆਪਣੇ ਕਮੈਂਟਾਂ ਦੇ ਵਿੱਚ ਜਦ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਤਾਂ ਇਹ ਕਹਿ ਰਹੀ ਹੈ ਕਿ ਸੁਖਬੀਰ ਬਾਦਲ ਨੂੰ ਪਹਿਲਾਂ ਵਾਂਗ ਮਹਿਜ਼ ਭਾਂਡੇ ਮਾਂਜਣ ਦੀ ਸਜ਼ਾ ਲਾ ਕੇ ਜਾਂ ਜੋੜੇ ਝਾੜਨ ਦੀ ਸਜ਼ਾ ਲਾ ਕੇ ਨਹੀਂ ਛੱਡ ਦੇਣਾ ਚਾਹੀਦਾ, ਬਲਕਿ ਜੇ ਵਿਰਸਾ ਸਿੰਘ ਵਲਟੋਆ ਨੂੰ ਇੱਕ ਜਥੇਦਾਰ ਸਿੰਘ ਸਾਹਿਬਾਨ ਦੇ ਨਾਲ ਬੈਸਣ ਕਰਕੇ ਜਾਂ ਉੱਚਾ ਨੀਵਾਂ ਬੋਲਣ ਕਰਕੇ 10 ਸਾਲ ਸਿਆਸਤ ਤੋਂ ਬਾਹਰ ਕੱਢਣ ਦੀ ਸਜ਼ਾ ਸੁਣਾਈ ਗਈ ਅਕਾਲ ਤਖ਼ਤ ਸਾਹਿਬ ਵੱਲੋਂ, ਤਾਂ ਸੁਖਬੀਰ ਬਾਦਲ ਦਾ ਗੁਨਾਹ ਅਤੇ ਕਸੂਰ ਉਸ ਤੋਂ ਕਿਤੇ ਵੱਡਾ ਹੈ, ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਜਿਸ ਦਿਨ ਸੁਖਬੀਰ ਬਾਦਲ ਨੂੰ ਤਨਖਾਹੀਆ ਯਾਨੀ ਕਿ ਦੋਸ਼ੀ ਕਰਾਰ ਦਿੱਤਾ ਸੀ ਉਸੇ ਦਿਨ ਇਹ ਕਿਹਾ ਸੀਗਾ ਕਿ ਸੁਖਬੀਰ ਬਾਦਲ ਨੇ ਸਿੱਖ ਕੌਮ ਨੂੰ ਬਹੁਤ ਵੱਡੀ ਸੱਟ ਮਾਰੀ ਆ ਅਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ। ਤਾਂ ਫਿਰ ਸਿੱਖ ਕੌਮ ਦਾ ਵੱਡਾ ਨੁਕਸਾਨ ਕਰਨ ਵਾਲੇ ਅਤੇ ਸੱਟ ਮਾਰਨ ਵਾਲੇ ਸੁਖਬੀਰ ਬਾਦਲ ਨੂੰ ਵਿਰਸਾ ਸਿੰਘ ਵਲਟੋਆ ਨਾਲੋਂ ਵੀ ਵੱਡੀ ਜਿਹੜੀ ਸਿਆਸੀ ਸਜ਼ਾ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਪਰ ਇੱਥੇ ਹੀ 2 ਦਿਨ ਪਹਿਲਾਂ ਜਥੇਦਾਰ ਸਾਹਿਬ ਦਾ ਬਿਆਨ ਇਹ ਆਇਆ ਕਿ ਅਕਾਲੀ ਦਲ ਜਿਹੜਾ ਉਹ ਪੰਜਾਬ ਦੀ ਖੇਤਰੀ ਪਾਰਟੀ ਹੈ, ਇਹ ਜ਼ਿੰਦਾ ਰਹਿਣੀ ਚਾਹੀਦੀ ਹੈ। ਤਾਂ ਇੱਥੋਂ ਕਈ ਲੋਕ ਇਹ ਅੰਦਾਜ਼ੇ ਕਿਆਫੇ ਲਾ ਰਹੇ ਨੇ ਕਿ ਸ਼ਾਇਦ ਸੁਖਬੀਰ ਬਾਦਲ ਪ੍ਰਤੀ ਨਰਮੀ ਵਰਤੀ ਜਾਏਗੀ। ਰਾਜਾ ਵੜਿੰਗ ਨੇ ਪਿਛਲੇ ਦਿਨ ਇਹ ਵੀ ਕਿਹਾ ਸੀ ਕਿ ਜਿਹੜੇ ਮੌਜੂਦਾ ਸਿੰਘ ਸਾਹਿਬਾਨ ਨੇ ਇਹ ਸੁਖਬੀਰ ਬਾਦਲ ਹੋਰਾਂ ਦੇ ਹੀ ਥਾਪੇ ਹੋਏ ਨੇ, ਲਾਏ ਹੋਏ ਨੇ ਅਤੇ ਇਸ ਕਰਕੇ ਇਹ ਉਹਨਾਂ ਦੇ ਮੁਤਾਬਕ ਹੀ ਚੱਲਦੇ ਨੇ। ਬਾਅਦ 'ਚ ਭਾਵੇਂ ਰਾਜਾ ਵੜਿੰਗ ਨੇ ਮਾਫ਼ੀ ਮੰਗ ਲਈ ਸੀ ਪਰ ਇੱਕ ਵਾਰ ਉਸਨੇ ਇਹ ਗੱਲ ਆਖੀ ਸੀ। ਹੋਰ ਵੀ ਕਈ ਲੋਕ ਅਕਸਰ ਇਹ ਗੱਲ ਕਹਿ ਦਿੰਦੇ ਨੇ ਕਿਉਂਕਿ ਜਦੋਂ ਗੱਲ ਕਰਦੇ ਹਾਂ ਜਦੋਂ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਸੀ, ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਨ ਦਾ ਜਾਂ ਉਹਨਾਂ ਦੀ ਨਕਲ ਉਤਾਰਨ ਦਾ ਸਵਾਂਗ ਰਚਿਆ ਸੀ, ਤਾਂ ਜਿਹੜੀ ਉਹਨੂੰ ਮਾਫ਼ੀਨਾਮਾ ਦਿੱਤਾ ਗਿਆ ਸੀ ਤਾਂ ਉਹ ਜਿਹੜੇ ਜਥੇਦਾਰ ਸਾਹਿਬਾਨਾਂ ਨੇ ਦਿੱਤਾ ਸੀ ਉਹਨਾਂ ਤੋਂ ਇਹ ਸਵਾਲ ਉੱਠਦੇ ਨੇ
ਕਿ ਉਹਨਾਂ ਨੇ ਅਕਾਲੀ ਦਲ ਦੇ ਸੁਖਬੀਰ ਬਾਦਲ ਹੋਰਾਂ ਦੇ ਕਹਿਣ 'ਤੇ ਇੰਝ ਕੀਤਾ ਤਾਂ ਫਿਰ ਮੌਜੂਦਾ ਜਥੇਦਾਰ ਵੀ ਇੰਝ ਕਰ ਸਕਦੇ ਨੇ, ਕਈ ਲੋਕ ਇਹ ਆਮ ਤੌਰ 'ਤੇ ਕਹਿੰਦੇ ਨੇ। ਪਰ ਮੌਜੂਦਾ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਮਿਸਾਲ ਕਾਇਮ ਕੀਤੀ, ਜਦੋਂ ਵਿਰਸਾ ਸਿੰਘ ਬਲਟੋਆ ਨੂੰ ਵੱਡੀ ਸਜ਼ਾ ਦਾ ਐਲਾਨ ਕੀਤਾ, ਜਦੋਂ ਰਾਜਾ ਵੜਿੰਗ ਨੂੰ ਵੀ ਤਿੱਖੇ ਤੇਵਰ ਦਿਖਾਏ ਨੇ। ਔਰ ਇੱਥੇ ਹੀ ਬਸ ਨਹੀਂ, ਜਿਹੜੇ 2 ਦਸੰਬਰ ਨੂੰ ਜਿਹੜੇ ਸੁਖਬੀਰ ਬਾਦਲ ਦੇ ਨਾਲ ਉਸ ਟਾਈਮ ਸਰਕਾਰ ਦੇ ਵਿੱਚ ਬਾਕੀ ਮੰਤਰੀ ਸੀ, ਉਹਨਾਂ ਸਾਰਿਆਂ ਨੂੰ ਵੀ ਤਲਬ ਕੀਤਾ ਗਿਆ, ਚਾਹੇ ਉਹ ਬੀਬੀ ਜਗੀਰ ਕੌਰ ਹੈ, ਚਾਹੇ ਉਹ ਸੁਰਜੀਤ ਸਿੰਘ ਰੱਖੜਾ ਹੈ, ਚਾਹੇ ਗੁਰਨਜਾਰ ਸਿੰਘ ਰਣੀਕੇ ਆ, ਚਾਹੇ ਸੋਹਣ ਸਿੰਘ ਠੰਡਲ ਹੈ, ਚਾਹੇ ਜਨਮੇਜ਼ਾ ਸਿੰਘ ਸੇਖੋਂ ਹੈ, ਜਾਂ ਹੋਰ ਤਮਾਮ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜਾਂ ਸੁਖਦੇਵ ਸਿੰਘ ਢੀਂਡਸਾ, ਜਿਹੜੇ ਉਸ ਟਾਈਮ ਅਕਾਲੀ ਦਲ ਦੇ ਬਹੁਤ ਵੱਡੇ ਆਗੂ ਅਤੇ ਅਹੁਦੇਦਾਰ ਸੀ, ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ। ਅਕਾਲ ਤਖਤ ਸਾਹਿਬ ਇੱਕ ਬਹੁਤ ਵੱਡੀ ਮਰਿਆਦਾ, ਇੱਕ ਬਹੁਤ ਵੱਡੇ ਸਨਮਾਨ ਦਾ ਸਥਾਨ ਸਿੱਖਾਂ ਦੇ ਵਿੱਚ ਰੱਖਦੇ ਨੇ, ਸੱਚਮੁੱਚ ਸਿਰਮੌਰ ਸੰਸਥਾ ਨੇ। ਅਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਮਾਣ ਸਨਮਾਨ ਹੈ ਉਹਨੂੰ ਬਹਾਲ ਰੱਖਿਆ ਜਾਣਾ ਚਾਹੀਦਾ। ਲੋਕ ਇਹ ਮੰਗ ਕਰ ਰਹੇ ਨੇ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤਾਂ ਉਹਨਾਂ ਨੇ ਬਹੁਤ ਮਸਾਲੀ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਨੇ ਸਿੱਖੀ ਨੂੰ ਸੱਟ ਮਾਰੀ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੇ ਜੇ ਕੁਝ ਗਲਤੀਆਂ ਕੀਤੀਆਂ ਤਾਂ ਉਹਦੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਫੂਲਾ ਸਿੰਘ ਹੋਰਾਂ ਨੇ ਕੋੜੇ ਮਾਰਨ ਤੱਕ ਦੀ ਸਜ਼ਾ ਦੇ ਦਿੱਤੀ ਸੀ। ਇਹ ਗੱਲ ਬਹੁਤ ਪ੍ਰਚਲਿਤ ਹੈ, ਸੁਣਾਈ ਜਾਂਦੀ ਹੈ। ਤਾਂ ਹੁਣ 2 ਦਸੰਬਰ ਨੂੰ ਸੁਖਬੀਰ ਬਾਦਲ ਹੋਰਾਂ ਨੂੰ ਤਲਬ ਕੀਤਾ ਗਿਆ, 2 ਦਸੰਬਰ ਨੂੰ 5 ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਆ ਉਹ ਸੱਦ ਲਈ ਗਈ ਹੈ, ਕਿਉਂਕਿ ਸੁਖਬੀਰ ਬਾਦਲ ਪਿਛਲੇ ਦਿਨੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਸੀਗੇ ਔਰ ਲਗਭਗ 4-5 ਦਿਨ ਪਹਿਲਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਜਾ ਕੇ ਇਹ ਬੇਨਤੀ ਕੀਤੀ ਸੀ ਕਿ ਮੈਨੂੰ ਜੋ ਵੀ ਸਜ਼ਾ ਲਾਉਣੀ ਹੈ ਉਹ ਛੇਤੀ ਲਈ ਜਾਵੇ, ਮੈਂ ਬਹੁਤ ਟਾਈਮ ਹੋ ਗਿਆ ਇੰਤਜ਼ਾਰ ਕਰ ਰਿਹਾ। ਅਤੇ ਸੁਖਬੀਰ ਬਾਦਲ ਉਦੋਂ ਤੋਂ ਇਹ ਕਹਿ ਰਹੇ ਨੇ ਕਿ ਜੋ ਵੀ ਸਜ਼ਾ ਅਕਾਲ ਤਖਤ ਸਾਹਿਬ ਲਾਏਗਾ ਉਹ ਮੇਰੇ ਸਿਰ ਮੱਥੇ 'ਤੇ ਮੈਂ ਮਨਜ਼ੂਰ ਕਰਾਂਗਾ। ਪਰ ਨਾਲ ਦੀ ਨਾਲ ਆਲੋਚਕ ਕਹਿੰਦੇ ਨੇ ਕਿ ਸੁਖਬੀਰ ਬਾਦਲ ਕੋਲ ਹੋਣ ਕੋਈ ਚਾਰਾ ਨਹੀਂ ਗਾ। ਸੁਖਬੀਰ ਬਾਦਲ ਕੋਲ ਇੱਕ ਹੀ ਚਾਰਾ ਕਿ ਉਹ ਜੇ ਲੋਕਾਂ 'ਚ ਵੱਡਾ ਹੋਣਾ, ਜੇ ਸਿੱਖਾਂ 'ਚ ਦੁਬਾਰਾ ਵੋਟ ਲੈਣੀ ਹੈ ਤਾਂ ਉਹ ਅਕਾਲ ਤਖਤ ਸਾਹਿਬ ਅੱਗੇ ਝੁਕੇ ਅਤੇ ਲੋਕਾਂ ਅੱਗੇ ਝੁਕਣ ਦਾ ਪੂਰਾ ਪ੍ਰਚਾਰ ਵੀ ਕਰੇ ਤਾਂ ਕਿ ਸੁਖਬੀਰ ਬਾਦਲ ਬਾਰੇ ਲੋਕ ਇੰਝ ਸਮਝਣ ਵੀ ਸੁਖਬੀਰ ਬਾਦਲ ਤਾਂ ਸਿੱਖੀ ਦਾ ਅਤੇ ਸਿੱਖੀ ਸਿਧਾਂਤਾਂ ਦਾ ਬਹੁਤ ਵੱਡਾ ਜਿਹੜਾ ਉਹ ਕਦਰਦਾਨ ਹੈ। ਭਾਵੇਂ ਕਿ ਸੁਖਬੀਰ ਬਾਦਲ ਦੇ ਉੱਪਰ ਪਹਿਲਾਂ ਜਿਹੜੇ ਦੋਸ਼ ਲੱਗੇ ਨੇ ਉਹ ਬਹੁਤ ਗੰਭੀਰ ਨੇ, ਵੱਡੇ ਨੇ, ਅਤੇ ਉਹਨਾਂ ਦੋਸ਼ਾਂ ਤੋਂ ਇਹ ਪਤਾ ਲੱਗਦਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਸਿੱਖੀ ਸਿਧਾਂਤਾਂ ਦੀ, ਸਿੱਖੀ ਪਰੰਪਰਾਵਾਂ ਦੀ, ਸਿੱਖੀ ਸੋਚ ਦੀ ਕੋਈ ਬਹੁਤ ਜ਼ਿਆਦਾ ਕਦਰ ਦਿਖਾਈ ਨਹੀਂ ਦਿੰਦੀ। ਇਸੇ ਕਰਕੇ ਉਹਨਾਂ ਤੋਂ ਏਡੀਆਂ ਵੱਡੀਆਂ ਗਲਤੀਆਂ ਹੋਈਆਂ ਜਿਨ੍ਹਾਂ ਕਰਕੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਤਨਖਾਹੀਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਵੱਲੋਂ, ਅਤੇ ਜਿਨ੍ਹਾਂ ਕਰਕੇ ਹੁਣ ਸੁਖਬੀਰ ਬਾਦਲ ਹੋਰਾਂ ਨੂੰ ਸਜ਼ਾ ਲਾਉਣ ਦੀ ਜਿਹੜੀ ਦਿਨ ਹੈ 2 ਦਸੰਬਰ ਦਾ ਉਹ ਤੈਅ ਕੀਤਾ ਗਿਆ। ਸੋ ਦੋਸਤੋ ਤੁਸੀਂ ਆਪਣਾ ਕਮੈਂਟ, ਆਪਣਾ ਵਿਚਾਰ ਜ਼ਰੂਰ ਲਿਖਿਓ, ਤੁਹਾਨੂੰ ਕੀ ਲੱਗਦਾ ਸੁਖਬੀਰ ਬਾਦਲ ਨੂੰ ਕਿੱਦਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ? ਕੀ ਸੁਖਬੀਰ ਬਾਦਲ ਨੂੰ ਕੋਈ ਮਸਾਲੀ ਅਤੇ ਵੱਡੀ ਸਜ਼ਾ ਹੋਣੀ ਚਾਹੀਦੀ ਹੈ, ਜਾਂ ਸੁਖਬੀਰ ਬਾਦਲ ਨੂੰ ਬਖਸ਼ ਦੇਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ ਜਿਵੇਂ ਕਿ ਉਹ ਮਾਫ਼ੀਆਂ ਮੰਗ ਰਿਹਾ? ਦੂਜੇ ਪਾਸੇ ਜਿਹੜੇ ਉਸ ਟਾਈਮ ਦੇ ਸੁਖਬੀਰ ਬਾਦਲ ਦੇ ਸਹਿਯੋਗੀ ਸੀ ਜਿਹੜੇ ਅੱਜ ਬਾਗੀ ਅਕਾਲੀ ਬਣੇ ਨੇ, ਉਹਨਾਂ ਨੂੰ ਵੀ ਮਾਫ਼ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਇੰਝ ਲੱਗਦਾ ਕਿ ਅਸੀਂ ਤਾਂ ਇਸ ਟਾਈਮ ਪਾਸੇ ਹਾਂ ਅਤੇ ਅਸੀਂ ਹੀ ਸ਼ਿਕਾਇਤ ਕੀਤੀ ਹੈ, ਇਸ ਕਰਕੇ ਸੁਖਬੀਰ ਬਾਦਲ ਨੂੰ ਮਾਫ਼ੀ ਮਿਲ ਜਾਣੀ ਚਾਹੀਦੀ ਹੈ। ਪਰ ਨਹੀਂ, ਉਹ ਉਨੇ ਹੀ ਭਾਗੀਦਾਰ ਨੇ ਜਿੰਨਾ ਸੁਖਬੀਰ ਬਾਦਲ, ਕਿਉਂਕਿ ਉਹਨਾਂ ਨੇ ਉਦੋਂ ਰੌਲਾ ਕਿਉਂ ਨਾ ਪਾਇਆ? ਸਵਾਲ ਤਾਂ ਇੱਕ ਇਹ ਵੀ ਉੱਠਦਾ, ਜਿਹੜਾ ਵੱਡਾ ਵੀ ਅਤੇ ਕੌੜਾ ਵੀ ਹੈ, ਸਵਾਲ ਇਹ ਉੱਠਦਾ
ਕਿ ਉਸ ਤੋਂ ਬਾਅਦ ਜਿੰਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਾਂ ਹੋਰ ਸਿੰਘ ਸਾਹਿਬਾਨ ਰਹੇ, ਉਹਨਾਂ ਨੇ ਆਪਣੇ ਆਪ ਇਸ ਮਸਲੇ ਦਾ ਨੋਟਿਸ ਕਿਉਂ ਨਹੀਂ ਲਿਆ? ਜਦੋਂ ਕਿ ਪਤਾ ਸਾਰਿਆਂ ਨੂੰ ਸੀ, ਪਤਾ ਸਭ ਨੂੰ ਸੀ ਵੀ ਇੰਜ ਕੀਤਾ ਗਿਆ ਹੈ, ਤਾਂ ਫਿਰ ਇਹਦਾ ਨੋਟਿਸ ਆਪਣੇ ਆਪ ਲਿਆ ਜਾ ਸਕਦਾ ਸੀ। ਪਰ ਕਿਉਂ ਨਹੀਂ ਲਿਆ ਗਿਆ, ਇਹ ਸਵਾਲ ਕੁਝ ਲੋਕ ਲਗਾਤਾਰ ਉਠਾਉਂਦੇ ਰਹੇ ਨੇ। ਅੱਜ ਅਕਾਲ ਤਖਤ ਸਾਹਿਬ ਦੇ ਉੱਪਰ ਬਹੁਤ ਵੱਡੀਆਂ ਉਮੀਦਾਂ ਨੇ, ਅਕਾਲ ਤਖਤ ਸਾਹਿਬ ਦੀ ਬਹੁਤ ਵੱਡੀ ਮਰਿਆਦਾ। ਸੋ ਤੁਹਾਨੂੰ ਕੀ ਲੱਗਦਾ, ਸੁਖਬੀਰ ਬਾਦਲ ਨੂੰ ਕਿੱਦਾਂ ਦੀ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ? ਜੇ ਮੇਰੇ ਤੋਂ ਪੁੱਛਿਆ ਜਾਵੇ ਤਾਂ ਮੈਂ ਕਹੂੰਗਾ, ਜਿਸ ਪੱਧਰ ਦੀ ਗਲਤੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਦੀ ਟਿੱਕੀ ਹੈ, ਉਸ ਹਿਸਾਬ ਨਾਲ ਤਾਂ ਸੁਖਬੀਰ ਬਾਦਲ ਨੂੰ ਵੱਡੀ ਸਜ਼ਾ ਲਾਉਣੀ ਚਾਹੀਦੀ ਹੈ। ਇੱਥੋਂ ਤੱਕ ਕਿ ਵਿਰਸਾ ਸਿੰਘ ਮਲਟੋਆ ਨੂੰ ਜੇ 10 ਸਾਲ ਸਿਆਸਤ ਜੋ ਜਾਂ ਅਕਾਲੀ ਦਲ 'ਚੋਂ ਕੱਢਿਆ ਗਿਆ, ਤਾਂ ਸੁਖਬੀਰ ਬਾਦਲ ਨੂੰ ਉਮਰ ਭਰ ਲਈ ਕੱਢਿਆ ਜਾਣਾ ਚਾਹੀਦਾ। ਪਰ ਹੁਣ ਇਹ ਸਜ਼ਾ ਦਿੱਤੀ ਜਾਊਗੀ ਕਿ ਨਹੀਂ, ਇਹ ਆਉਣ ਵਾਲਾ ਟਾਈਮ ਦੱਸੂਗਾ। 2 ਦਸੰਬਰ ਨੂੰ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੈ, ਉਹਦੇ ਵਿੱਚ ਇਹ ਫੈਸਲਾ ਹੋਊਗਾ ਕਿ ਸੁਖਬੀਰ ਬਾਦਲ ਦਾ ਜਾਂ ਉਹਦੇ ਸਹਿਯੋਗੀਆਂ ਦਾ ਕੀ ਕਰਨਾ। ਉਂਝ ਇੱਥੇ ਇੱਕ ਸਪਸ਼ਟੀਕਰਨ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ, ਸੁਖਬੀਰ ਬਾਦਲ ਹੋਰਾਂ ਅਤੇ ਆਮ ਜਨਤਾ ਦੇ ਹੋਰ ਵੀ ਬਹੁਤ ਵੱਡੇ ਦੋਸ਼ ਨੇ। ਜਦੋਂ 3 ਖੇਤੀ ਕਾਨੂੰਨ ਮੋਦੀ ਹੋਰਾਂ ਨੇ ਪਾਸ ਕੀਤੇ ਸੀ, ਤਾਂ ਇਹੀ ਅਕਾਲੀ ਦਲ ਉਹਨਾਂ ਦੇ ਪੱਖ 'ਚ ਖੜਾ ਸੀ। ਵੱਡੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਤਿੰਨੋਂ ਇੱਕੋ ਪਰਿਵਾਰ ਦੇ ਵੱਡੇ ਸਿਆਸਤਦਾਨ, ਅਤੇ ਤਿੰਨਾਂ ਨੇ ਕਿਹਾ ਸੀ ਇਹ 3 ਖੇਤੀ ਕਾਨੂੰਨ ਠੀਕ ਨੇ, ਲੋਕਾਂ ਦੇ ਭਲੇ ਲਈ ਨੇ, ਇਹ ਲਾਗੂ ਹੋਣੇ ਚਾਹੀਦੇ ਨੇ। ਇਹ ਵੀ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਗਲਤ ਪ੍ਰਚਾਰ ਕਰ ਰਹੀਆਂ ਨੇ, ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ, ਇਹ ਕਿਹਾ ਸੀ। ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਦਾ ਵਿਰੋਧ ਵਧਿਆ, ਲੋਕਾਂ ਨੂੰ ਉਹ ਕਾਨੂੰਨ ਸਮਝ ਆ ਗਏ, ਤਾਂ ਫਿਰ ਅਕਾਲੀ ਦਲ ਨੇ ਇੱਕਦਮ ਪੈਤੜਾ ਬਦਲਿਆ ਅਤੇ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਪਹਿਲਾਂ ਉਹ ਕਾਨੂੰਨ ਪੜ੍ਹੇ ਨਹੀਂ ਸੀ, ਹੁਣ ਅਸੀਂ ਚੰਗੀ ਤਰ੍ਹਾਂ ਪੜ੍ਹ ਲੈਣੇ, ਵਾਕਿਆ ਹੀ ਉਹ ਗਲਤ ਨੇ, ਅਸੀਂ ਲੋਕਾਂ ਦੇ ਨਾਲ ਆ। ਫਿਰ ਹਰਸਿਮਰਤ ਬਾਦਲ ਨੇ ਸੈਂਟਰ ਦੀ ਵਜ਼ੀਰੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ, ਪਰ ਫਿਰ ਲੋਕਾਂ ਨੇ ਕਬੂਲਿਆ ਨਹੀਂ। ਤੁਸੀਂ ਦੇਖੋ ਇਹ ਕਿਸ ਹੱਦ ਦੀ ਮੌਕਾ ਪ੍ਰਸਤੀ ਕਹੀ ਜਾ ਸਕਦੀ ਹੈ? ਮੌਕਾ ਪ੍ਰਸਤੀ ਹੀ ਹੈ, ਪਹਿਲਾਂ ਠੀਕ ਫਿਰ ਗਲਤ। ਜੇਕਰ ਸੁਖਬੀਰ ਬਾਦਲ ਹੋਰਾਂ ਨੇ ਉਸ ਟਾਈਮ ਖੇਤੀ ਕਾਨੂੰਨ ਪੜ੍ਹੇ ਬਿਨਾਂ ਹੀ ਉਹਨਾਂ 'ਤੇ ਦਸਖਤ ਕਰਤੇ ਜਾਂ ਸਹਿਮਤੀ ਦਿੱਤੀ ਸੀ, ਤਾਂ ਫਿਰ ਆਪਣੇ ਆਪ 'ਚ ਇਹ ਵੀ ਵੱਡਾ ਸਵਾਲ ਹੈ, ਕਿਉਂ ਇੰਜ ਕੀਤਾ? ਕੀ ਇਹ ਬਿਨਾਂ ਪੜ੍ਹੇ ਹੀ ਸਹਿਮਤੀ ਦੇ ਦਿੰਦੇ ਨੇ? ਤਾਂ ਫਿਰ ਹੋਰ ਕਿੰਨੇ ਫੈਸਲਾਂ 'ਤੇ ਇਹਨਾਂ ਨੇ ਇੰਜ ਕੀਤਾ ਹੋ ਸਕਦਾ? ਜਿਵੇਂ ਬਾਅਦ 'ਚ ਇਹਨਾਂ ਨੇ ਖੇਤੀ ਕਾਨੂੰਨਾਂ ਵਾਰੀ ਕਹਿ ਦਿੱਤਾ ਸੀ ਕਿ ਅਸੀਂ ਤਾਂ ਚੰਗੀ ਤਰ੍ਹਾਂ ਪੜ੍ਹੇ ਨਹੀਂ ਸੀ, ਅਸੀਂ ਸਹਿਮਤੀ ਦਿੱਤੀ ਸੀ, ਫਿਰ ਇਹਨਾਂ 'ਤੇ ਇਤਬਾਰ ਕਿਵੇਂ ਕੀਤਾ ਜਾਵੇ? ਸੋ ਇਹ ਬਹੁਤ ਵੱਡੀਆਂ ਗੱਲਾਂ ਨੇ। ਅਕਾਲੀ ਦਲ ਜਿਹੜਾ ਉਹ ਸੁਖਬੀਰ ਬਾਦਲ ਹੋਰਾਂ ਦੇ ਰਾਜ ਦੇ ਵਿੱਚ ਚੜ੍ਹਤ ਸੀਗਾ, ਔਰ ਸੁਖਬੀਰ ਬਾਦਲ ਹੋਰੀ ਬੜੇ ਜੋਸ਼ ਨਾਲ ਕਹਿੰਦੇ ਸੀ ਕਿ 25 ਸਾਲ ਲਗਾਤਾਰ ਰਾਜ ਕਰਨਾ, ਪਰ ਐਸੀਆਂ ਗਲਤੀਆਂ ਕਰ ਬੈਠੇ ਹੰਕਾਰ 'ਚ ਕਿ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ 4 ਜ਼ਿਮਨੀ ਚੋਣਾਂ ਦੇ ਵਿੱਚ ਆਪਣਾ ਬੰਦਾ ਵੀ ਖੜ੍ਹਾ ਨਹੀਂ ਕਰ ਸਕੇ, ਇੱਕ ਇੱਕ ਬੰਦਾ ਵੀ ਨਹੀਂ ਲੱਭਾ ਇੱਕ ਇੱਕ ਹਲਕੇ ਦੇ ਵਿੱਚ। ਇਹ ਹਾਲਤ ਹੋ ਗਈ ਅਕਾਲੀ ਦਲ ਦੀ। ਤੋ ਅੱਜ ਭਗਵੰਤ ਮਾਨ ਹੋਰੀ ਉਹ ਉਸੇ ਜਲੌਚ ਨੇ, ਅੱਜ ਉਹਨਾਂ ਨੂੰ ਲੋਕ ਨਜ਼ਰ ਨਹੀਂ ਆ ਰਹੇ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਉਸ ਗੱਲ 'ਚੋਂ ਬਾਹਰ ਆ ਕੇ ਲੋਕਾਂ ਨੂੰ ਵੇਖਣਾ ਚਾਹੀਦਾ। ਲੋਕ ਵੱਡੀ ਤਾਕਤ ਨੇ, ਜੇ ਲੋਕ ਚੇਤਨ ਹੋ ਗਏ। ਲਓ ਜੀ, ਸੁਖਬੀਰ ਬਾਦਲ ਨੂੰ ਸਜ਼ਾ ਦੇਣ ਦੇ ਲਈ ਮੀਟਿੰਗ ਸੱਦ ਲਈ ਗਈ ਹੈ। ਅਕਾਲ ਤਖਤ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਦੀ ਸਜ਼ਾ ਦਾ ਐਲਾਨ ਹੁਣ ਕੀਤਾ ਜਾਏਗਾ। ਔਰ ਨਾਲ ਦੀ ਨਾਲ ਹੀ ਇੱਕ ਬਹੁਤ ਵੱਡੀ ਗੱਲ ਇਹ ਹੋਈ ਹੈ ਕਿ ਜਿਹੜੇ ਉਸ ਟਾਈਮ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸੀ, ਉਸ ਟਾਈਮ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ, ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਵੱਲੋਂ